ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰਾਈਮੇਅਰ ਸ਼ਾ ਟੀਵੀ ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਹੈ ਜੀ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਅੱਜ ਵੀ ਖਾਸ ਮੁੱਦਿਆਂ ਉੱਤੇ ਗੱਲਬਾਤ ਕਰਾਂਗੇ ਸਟੂਡੀਓ ਦੇ ਵਿੱਚ ਮੌਜੂਦ ਨੇ ਜਤਿੰਦਰ ਪੰਨੂ ਜੀ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਸਨੀ ਦਿਓਲ ਨੇ ਪੰਜਾਬ ਦੇ ਵਿੱਚ ਐਂਟਰੀ ਮਾਰ ਲਈ ਹੈ ਨਾਮਜ਼ਦਗੀ ਪੱਤਰ ਦਾਖਲ ਕੀਤੇ ਨੇ ਉਸ ਤੋਂ ਬਾਅਦ ਚੋਂ ਇੱਕ ਰੈਲੀ ਨੂੰ ਸੰਬੋਧਨ ਕੀਤਾ ਤੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਮੈਂ ਦੇਸ਼ ਭਗਤਾਂ ਮੈਨੂੰ ਰਾਜਨੀਤੀ ਨਹੀਂ ਆਉਂਦੀ ਤੁਸੀਂ ਕੀ ਕਹੋਗੇ ਇਸ ਪਰ ਜੇ ਤਾਂ ਦੋ ਅਰਥੀ ਗੱਲ ਹੀ ਮਨਪ੍ਰੀਤ ਦੀ ਕਹਿ ਬਾਕੀ ਦੇ 130 32 35 ਕਰੋੜ ਜਿਹੜੇ ਲੋਕ ਨੇ ਜੀ ਇਹ ਸਾਰੇ ਦੇਸ਼ ਭਗਤ ਨਹੀਂ ਗਾ ਉਹ ਫਿਲਮ ਸਟਾਰ ਨਹੀਂ ਗਾ ਇਕੱਲਾ ਹੁਣ ਹੁਣ ਇੱਕ ਸਿਆਸੀ ਆਗੂ ਦੇ ਤੌਰ ਤੇ ਚੋਣ ਲੜਨ ਵਾਸਤੇ ਮੈਦਾਨ ਚ ਆਇਆ ਜੀ ਇੱਥੇ ਆਉਣ ਤੋਂ ਬਾਅਦ ਉਹਨੂੰ ਰਾਜਨੀਤੀ ਦੀ ਸਕ੍ਰਿਪਟ ਪੜ੍ਹ ਕੇ ਆਉਣਾ ਚਾਹੀਦਾ ਸੀ ਹੁਣ ਆਹ ਦੋ ਗੱਲਾਂ ਆਖਣ ਦੇ ਨਾਲ ਤਾਂ ਜਿਹੜੀ ਹੁਣ ਤੱਕ ਭਲ ਸੀ ਕਿ ਸਨੀ ਦਿਉਲ ਸਿਆਣਾ ਬੜਾ ਜੀ ਉਹ ਭਲ ਖਰਾਬ ਹੋ ਗਈ ਦੋ ਗੱਲਾਂ ਉਹ ਕਹਿ ਕੇ ਕਿ ਮੈਨੂੰ ਦੇਸ਼ ਭਗਤੀ ਆਉਂਦੀ ਮੈਂ ਰਾਜਨੀਤੀ ਨਹੀਂ ਜਾਣਦਾ ਤੇ ਪਹਿਲਾਂ ਲੱਗਿਆ ਕਿ ਉਹਨੂੰ ਰਾਜਨੀਤੀ ਦਾ ਪਤਾ ਨਹੀਂ ਮੈਂ ਉਹਦੀ ਦੇਸ਼ ਭਗਤੀ ਨੂੰ ਕੋਈ ਕਿੰਤੂ ਨਹੀਂ ਕਰਦਾ ਪਰ ਰਾਜਨੀਤਿਕ ਪੱਖ ਤੋਂ ਉਹਨੇ ਕੱਲ ਨੂੰ ਪਾਰਲੀਮੈਂਟ 'ਚ ਵੀ ਜਾ ਕੇ ਬੈਠਾ ਜੀ ਉਸ ਪਾਰਲੀਮੈਂਟ ਦੇ ਵਿੱਚ ਕਾਨੂੰਨ ਲੋਕਾਂ ਦੀਆਂ ਪੈਨਸ਼ਨਾਂ ਬਾਰੇ ਆਉਣੇ ਆ ਹਾਂਜੀ ਸਨੀ ਦਿਓਲ ਕੀ ਕਹੇਗਾ ਖੇਤੀ ਬਾਰੇ ਆਉਣੇ ਆ ਸਨੀ ਦਿਓਲ ਕੀ ਕਰੇਗਾ ਪੋਲੂਸ਼ਨ ਫੈਲਦਾ ਜਾਂਦਾ ਉਹਦੇ ਬਾਰੇ ਸਨੀ ਦਿਓਲ ਕੀ ਕਰੇਗਾ ਔਰਤਾਂ ਬਾਰੇ ਆਉਣੇ ਸਨੀ ਦਿਓਲ ਕੀ ਕਰੇਗਾ ਦੁਕਾਨਦਾਰਾਂ ਬਾਰੇ ਆਉਣੇ ਸਨੀ ਦਿਓਲ ਕੀ ਕਰੇਗਾ ਜੀ ਜੀਐਸਟੀ ਟੈਕਸ ਬਾਰੇ ਆਉਣੇ ਸਨੀ ਦਿਓਲ ਕੀ ਕਰੇਗਾ ਇਹ ਜਿਹੜੇ ਸਾਰੇ ਮਾਮਲੇ ਆ ਇਹਨਾਂ ਉੱਤੇ ਸਨੀ ਦਿਓਲ ਕੀ ਕਰੇਗਾ ਉਹਨੂੰ ਸਪਸ਼ਟ ਕਰਨਾ ਚਾਹੀਦਾ ਭਾਜਪਾ ਦੇ ਵੱਲੋਂ ਖਲੋ ਗਿਆ ਜੀ ਭਾਜਪਾ ਦੀ ਨੀਤੀ ਤਾਂ ਇਦਾਂ ਦੀ ਆ ਕਿ ਪਿਛਲੀ ਕਾਂਗਰਸੀ ਸਰਕਾਰ ਸੀ ਉਹਨਾਂ ਦਾ ਇੱਕ ਮੰਤਰੀ ਸੀ ਜੈਰਾਮ ਰਮੇਸ਼ ਉਹਨੇ ਇੱਕ ਵਾਰੀ ਕਹਿਤਾ ਕਿ ਘਰਾਂ ਦੇ ਵਿੱਚ ਟਾਇਲਟ ਸੀਟ ਲਾਉਣਾ ਆਪਣੇ ਘਰ ਵਿੱਚ ਪੂਜਾ ਵਾਸਤੇ ਮੰਦਰ ਬਣਾਉਣ ਨਾਲੋਂ ਵੀ ਵੱਧ ਜ਼ਰੂਰੀ ਆ ਜੀ ਤੇ ਰੋਲਾ ਪੈਗਾ ਉਹਦੇ ਖਿਲਾਫ ਮਜਾਰੇ ਹੋਗੇ ਕਿ ਮੰਦਰ ਦਾ ਉਹਦਾ ਕੰਪੈਰੀਸ਼ਨ ਕਰਦਾ ਜੀ ਬਾਦ ਵਿੱਚ ਨਰਿੰਦਰ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣ ਗਏ ਤੇ ਇਹਨਾਂ ਨੇ ਆਖਿਆ ਹਰ ਘਰ ਮੈਂ ਪਹਿਲੇ ਸ਼ੌਚਾਲਿਆ ਫਿਰ ਦੇਵਾਲਿਆ ਜੀ ਯਾਨੀ ਪਹਿਲਾ ਟਾਇਲਟ ਸੀਟ ਤੇ ਮੰਦਰ ਪੂਜਾ ਸਥਾਨ ਬਾਅਦ ਚ ਉਹਦੇ ਬੜੇ ਲਹਿਜੇ ਇਹਨੇ ਕਹ ਦਿੱਤੇ ਤੇ ਫਿਰ ਸਾਰੇ ਸਵੱਛ ਅਭਿਆਨ ਤੇ ਸਵੱਛ ਭਾਰਤ ਅਭਿਆਨ ਤੇ ਚਲੇ ਗਏ ਇਹ ਰਾਜਨੀਤੀ ਹੈ ਇਸ ਰਾਜਨੀਤੀ ਦੀਆਂ ਟਿਕੜਾਂ ਸਨਿਦੀਵਾਲ ਨੂੰ ਸਮਝਣੀਆਂ ਚਾਹੀਦੀਆਂ ਜੀ ਜਿਉ ਆਖੇ ਮੈਂ ਰਾਜਨੀਤੀ ਦੇ ਉੱਤੇ ਪਹਿਰਾ ਦੇਣ ਵਾਸਤੇ ਆਇਆ ਇਹ ਰਾਜਨੀਤੀ ਦੇ ਪੈਰਾ ਇੱਕ ਹੁੰਦਾ ਕਿ ਤੁਸੀਂ ਇੱਕ ਫਿਲਮ ਬਣਾਉਂਦੇ ਬੜਾ ਉਭਾਰਿਆ ਪਰ ਫਿਲਮ ਮੁਫਤ ਨਹੀਂ ਬਣਾਈ ਉਹਦੇ ਨਾਲ ਕਮਾਈ ਜੁੜੀ ਹੁੰਦੀ ਹੈ ਦੂਜਾ ਕਿ ਜਿਹਨਾਂ ਬਾਰਡਰ ਦੇ ਲੋਕਾਂ ਨੂੰ ਤੁਸੀਂ ਰਾਜਨੀਤੀ ਸਿਖਾਉਣ ਆਏ ਆਂ ਦੇਸ਼ ਭਗਤੀ ਸਿਖਾਉਣ ਆਏ ਆਂ ਉਹਨਾਂ ਤੋਂ ਵੱਡਾ ਦੇਸ਼ ਭਗਤ ਕੌਣ ਆ 1962 ਦੀ ਤੇ 1971 ਦੀਆਂ ਦੋ جنگਾਂ 'ਚ ਵਰਦੇ ਗੋਲਿਆਂ ਦੇ باوجود ਜਿਨ੍ਹਾਂ ਨੇ ਬਾਰਡਰ ਦੇ ਪਿੰਡ ਤੇ ਕਸਬੇ ਵਸਦੇ ਰੱਖੇ ਉਹਨਾਂ ਤੋਂ ਵੱਡਾ ਦੇਸ਼ ਭਗਤ ਕੌਣ ਹੋ ਸਕਦਾ ਉਹਨਾਂ ਨੇ ਪਰਿਵਾਰ ਪਿੱਛੇ ਘਲਤੇ ਸਨ ਪਰ ਬੰਦੇ ਉੱਥੇ ਰਹੇ ਸੀ ਤੇ ਨਾਲ ਦੇ ਪਿੰਡਾਂ ਚੋਂ ਪੰਚਾਇਤਾਂ ਅਤੇ ਗੁਰਦਾਰਿਆਂ ਦੇ ਸਪੀਕਰਾਂ ਉਤੋਂ ਅਨਾਉਂਸ ਕਰਕੇ ਉਹਨਾਂ ਦੇ ਰਹੀ ਵੀ ਜੀ ਪਰੌਂਠੇ ਇਕੱਠੇ ਕਰਦੇ ਸੀ ਟੋਕਰੇ ਭਰ-ਭਰ ਕੇ ਤੇ ਜੰਗ ਲੜਦੇ ਫੌਜੀਆ ਨੂੰ ਜਾ ਕੇ ਟੈਂਕਾਂ ਦੇ ਉੱਤੇ ਬੈਠਿਆਂ ਨੂੰ ਮੋਰਚਿਆਂ ਵਿੱਚ ਬੈਠਿਆਂ ਨੂੰ ਸਪਲਾਈ ਕਰਕੇ ਆਉਂਦੇ ਸੀ ਇਹ ਬਾਰਡਰ ਦੇ ਪਿੰਡਾਂ ਦੇ ਲੋਕ ਸੀ ਇਹਨਾਂ ਬਾਰਡਰ ਦੇ ਪਿੰਡਾਂ ਨੇ ਤਾਂ ਇਹ ਵੀ ਵੇਖਿਆ ਕਿ ਜੰਗ ਲੱਗੀ ਜੰਗ ਹਟ ਗਈ ਤੇ ਉਹਨਾਂ ਦੇ ਘਰ ਢੱਠ ਕੇ ਖੇਤ ਤਬਾਹ ਹੋ ਗਏ ਜੀ ਫਸਲਾਂ ਤਬਾਹ ਹੋ ਗਈਆਂ ਉਹਨਾਂ ਨੇ ਇਹ ਵੀ ਵੇਖਿਆ ਕਿ ਫੌਜ ਉਧਰਲੀ ਵੀ ਮੁੜ ਗਈ ਇਧਰਲੀ ਵੀ ਮੁੜ ਗਈ ਜੀ ਜਿੰਨੀਆਂ ਮਾਈਨਸ ਲਾਈਆਂ ਸਨ ਸੁਰੰਗਾਂ ਲਾਈਆਂ ਸਨ ਉਹ ਪੁੱਟ ਕੇ ਲੈ ਗਏ ਪਰ ਕੁਝ ਪੁੱਟਣ ਵਾਲੀਆਂ ਰਹਿ ਗਈਆਂ ਤੇ ਖੇਤਾਂ 'ਚ ਕੰਮ ਕਰਦਿਆਂ ਕਿਸੇ ਦਾ ਉੱਤੇ ਪੈਰ ਆ ਗਿਆ ਕਿਸੇ ਦੀ ਲੱਤ ਉੱਡ ਗਈ ਕਿਸੇ ਦੀ ਬਾਹ ਉੱਡ ਗਈ ਕੋਈ ਆਪ ਹੀ ਉੱਡ ਗਿਆ ਸਾਰਦਾ ਸਾਰਾ ਇਹਦੇ باوجود ਬਾਕੀ ਲੋਕ ਖੇਤਾਂ 'ਚ ਜਾਣੋ ਤਾਂ ਨਹੀਂ ਸਿਟ ਜੀ ਉਹ ਫਿਰ ਵੀ ਖੇਤਾਂ ਜਾਂਦੇ ਰਹੇ ਤੇ ਜੇ ਫਿਰ ਵੀ ਖੇਤਾਂ 'ਚ ਜਾਂਦੇ ਰਹਿ ਇਨਾ ਖਤਰਾ ਸਹਿੜ ਕੇ ਵੀ ਤੇ ਬਾਰਡਰ ਦੇ ਉੱਤੇ ਪਿੰਡ ਵਸਦੇ ਰੱਖੇ ਆ ਉਹਨਾਂ ਤੋਂ ਵੱਡਾ ਦੇਸ਼ ਭਗਤ ਕੌਣ ਹੈ ਗੱਲ ਕਾਂਗਰਸ ਪਾਰਟੀ ਦੀ ਹੋਵੇ ਭਾਜਪਾ ਦੀ ਹੋਵੇ ਕਿਸੇ ਵੀ ਪਾਰਟੀ ਦੀ ਹੋਵੇ ਉਹ ਰਾਜਨੀਤੀ ਦੀ ਆਪਣੀ ਲੜਾਈ ਲੜਨ ਪਰ ਦੇਸ਼ ਭਗਤੀ ਬਾਰਡਰ ਦੇ ਪਿੰਡਾਂ 'ਚ ਜਾ ਕੇ ਨਾ ਵਿਖਾਉਣ ਇਹ ਵੇਖਣਾ ਚਾਹੀਦਾ ਰਾਜਸਥਾਨ ਦੇ ਵਿੱਚ ਭਾਜਪਾ ਕਹਿੰਦੀ ਸੀ ਅਸੀਂ ਜਿੱਤ ਜਾਣਾ ਵਿਧਾਨ ਸਭਾ ਚੋਣਾਂ 'ਚ ਤੇ ਕਿਉਂਕਿ ਉੱਥੇ ਦੇਸ਼ ਭਗਤੀ ਦੀ ਗੱਲ ਜ਼ਿਆਦਾ ਕੀਤੀ ਗਈ ਜਿਹੜੇ ਹਲਕੇ ਬਾਰਡਰ ਦੇ ਨਾਲ-ਨਾਲ ਸਨ ਉੱਥੇ ਜਾ ਕੇ ਨੁਕਸਾਨ ਹੋ ਗਿਆ ਸੀ ਪੰਜਾਬ ਦੇ ਵਿੱਚ ਵੀ ਜਿਹੜੇ ਹਲਕੇ ਬਾਰਡਰ ਦੇ ਨਾਲ-ਨਾਲ ਸਨ ਹਾਂਜੀ ਉਹਨਾਂ ਚੋਂ ਕਿੰਨਿਆਂ ਚ ਜਿੱਤੇ ਨੇ ਅਕਾਲੀ ਤੇ ਭਾਜਪਾ ਵਾਲੇ ਇੱਕ ਸੀਟ ਅਬੋਰ ਦੀ ਜਿੱਤ ਲੋ ਸੁਨੀਲ ਜਾਖੜ ਦੇ ਖਿਲਾਫ ਕਿਉਂਕਿ ਕਾਂਗਰਸੀਆਂ ਦੀ ਗੁੱਟਬੰਦੀ ਨੇ ਰਹਾਤਾ ਸੀ ਜੀ ਬਾਕੀ ਔਰਲੇ ਪਾਸੇ ਤੱਕ ਕੋਈ ਅਕਾਲੀ ਕੋਈ ਭਾਜਪਾ ਵਾਲਾ ਕਿੱਥੇ ਜਿੱਤਿਆ ਜੀ ਉਹ ਜਾ ਕੇ ਪਠਾਨਕੋਟ ਨੇੜੇ ਜਿੱਥੇ ਜੰਮੂ ਕਸ਼ਮੀਰ ਲੱਗਦਾ ਉੱਥੇ ਇੱਕ ਦੋ ਸੀਟਾਂ ਜਿੱਤੀਆਂ ਇੱਥੇ ਕਾਂਗਰਸੀ ਹੋਣ ਅਕਾਲੀ ਹੋਣ ਕੋਈ ਪਾਰਟੀ ਹੋਵੇ ਭਾਜਪਾ ਹੋਵੇ ਇਹਨਾਂ ਨੂੰ ਆਪਣੀ ਰਾਜਨੀਤੀ ਦੀ ਖੈਸ ਜਿਹੜੀ ਆਪੋਚ ਰੱਖਣੀ ਚਾਹੀਦੀ ਆ ਪਰ ਜਿਹੜਾ ਦੇਸ਼ ਭਗਤੀ ਲੋਕਾਂ ਨੂੰ ਇੱਥੇ ਆ ਕੇ ਸਿਖਾਉਣੀ ਆ ਇੱਥੋਂ ਦੇ ਲੋਕ ਉਦੋਂ ਤੋਂ ਦੇਸ਼ ਭਗਤ ਆ ਜਦੋਂ ਸਿਕੰਦਰ ਬਾਦਸ਼ਾਹ ਆਇਆ ਤੇ ਸਾਰੀ ਦੁਨੀਆ ਨੂੰ ਕੁੱਟਦਾ ਆਇਆ ਤੇ ਬਿਆਸ ਦਰਿਆ ਨਹੀਂ ਸੀ ਟੱਪਣ ਦਿੱਤਾ ਇੱਥੋਂ ਕੁੱਟ ਕੇ ਲੋਕਾਂ ਨੇ ਮੋੜਤਾ ਸੀ ਜਿਹੜੇ ਪੰਜਾਬੀਆਂ ਨੇ ਸਤਲੁਜ ਤੱਕ ਨਹੀਂ ਜਾਣ ਦਿੱਤਾ ਬਿਆਸ ਤੋਂ ਕੁੱਟ ਕੇ ਮੋੜਦਾ ਸੀ ਜੀ ਉਹਨਾਂ ਲੋਕਾਂ ਨੂੰ ਦੇਸ਼ ਭਗਤੀ ਕੋਈ ਬਾਹਰੋਂ ਆ ਕੇ ਨਾ ਸਿਖਾਵੇ ਤੇ ਜਾਦਾ ਚੰਗਾ ਹੋਵੇ ਜੀ ਪਰ ਉਹ ਸਾਬ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਸੀ ਚੌਂਕੀਦਾਰ ਚੋਰ ਹੈ ਉਸ ਉੱਤੇ ਰਾਹੁਲ ਗਾਂਧੀ ਨੇ ਮਾਫੀ ਨਹੀਂ ਮੰਗੀ ਪਰ ਇਹਨਾਂ ਜ਼ਰੂਰ ਕਹਿ ਦਿੱਤਾ ਕਿ ਮੈਨੂੰ ਅਫਸੋਸ ਹੈ ਤੁਸੀਂ ਇਸ ਬਾਰੇ ਕੀ ਕਹੋਗੇ ਇਹ ਕਹਿਤਾ ਜੇ ਕਹਿਤਾ ਤੇ ਮਾਫੀ ਮੰਗਣ ਵਿੱਚ ਵੀ ਕੀ ਹਰਜ ਸੀ ਉਹ ਵੀ ਮੰਗ ਲੈਂਦੇ ਉਹਨੇ ਨੁਕਤਿਆਂ 'ਚ ਕਿੰਤੂ ਪਰੰਤੂ ਕੀਤੇ ਜੀ ਅਸਲ ਗੱਲ ਕੀ ਆ ਰਾਹੁਲ ਗਾਂਧੀ ਦੇ ਘੇਰੇ ਘੇਰੇ ਇੱਕ ਟੀਮ ਇਹੋ ਜੇ ਚਾਪਲੂਸਾਂ ਦੀ ਜੁੜੀ ਆ। ਇਸ ਮੁੰਡੇ ਨੂੰ ਆਪ ਤੇ ਬਹੁਤੀ ਸਮਝ ਨਹੀਂ ਗਈ ਰਾਹੁਲ ਗਾਂਧੀ ਨੂੰ। ਲੀਡਰ ਆ ਪਾਰਟੀ ਦਾ। ਜੀ। ਪਰ ਉਹ ਚਾਪਲੂਸਾਂ ਦੀ ਟੀਮ ਆ। ਉਹ ਇਹਨੂੰ ਗਲਤ ਗੱਲਾਂ ਦੱਸਦੀ ਹੈ ਜਲਸਿਆਂ 'ਚ ਬੋਲ ਦਿੰਦਾ। ਇੱਕ ਵਾਰੀ ਮਹਾਤਮਾ ਗਾਂਧੀ ਦੇ ਕਤਲ ਬਾਰੇ ਆਰਐਸਐਸ ਬਾਰੇ ਇਹਨੇ ਕੋਈ ਗੱਲ ਕਹਿਤੀ ਜੇ ਤੱਕ ਉਹ ਕੇਸ ਗਰੋ ਨਹੀਂ ਲਿਆਤਾ। ਹਾਂਜੀ। ਇੱਕ ਦਿਨ ਇਹਨੇ ਨਿਰਮੋਦੀ, ਲਲਿਤ ਮੋਦੀ, ਨਰਿੰਦਰ ਮੋਦੀ ਇਹ ਸਾਰੇ ਗੱਣੇ ਸਨ। ਤੇ ਉੱਥੇ ਕਹਿਤਾ ਸਾਰੇ ਮੋਦੀ ਚੋਰ ਆ ਉਹ ਇੱਕ ਗੱਲ ਕਹਿਣ ਦੇ ਨਾਲ ਉਹ ਮਕਦਮਾ ਬਣਿਆ ਪਿਆ ਕਿ ਇਹਨੇ ਸਾਰੇ ਮੋਦੀਆਂ ਨੂੰ ਕਿਦਾਂ ਕਹਿਤਾ ਜੀ ਇਦਾਂ ਦੀਆਂ ਕਮਲ ਜਿੰਦੀਆਂ ਗੱਲਾਂ ਕਦੇ ਕਦੇ ਕਰ ਜਾਂਦਾ ਪਰ ਅਸਲ ਵਿੱਚ ਇਹਦੀ ਟੀਮ ਇਹ ਤੋਂ ਕਰਾਉਂਦੀ ਆ ਆਪ ਤਾਂ ਬਹੁਤਾ ਸੋਚਣ ਵਾਲਾ ਜੀ ਉਹਨੂੰ ਹੋਇਆ ਕੀ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਇਹ ਕਹਿਤਾ ਕਿ ਜਿਹੜਾ ਰਾਫੇਲ ਸੌਦੇ ਬਾਰੇ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਉਹ ਫੈਸਲੇ 'ਚ ਨਵੀਆਂ ਗੱਲਾਂ ਸਾਹਮਣੇ ਆਈਆਂ ਉਹ ਫੈਸਲਾ ਖੋਲਣਾ ਪਣਾ ਤੇ ਠੀਕ ਹੈ ਸੁਪਰੀਮ ਕੋਰਟ ਖੋਲ ਲੈ ਪੜਤਾਲ ਕਰ ਲਵੇ ਜੀ ਉਥੇ ਕਰ ਬੀਜਪੀ ਦੇ ਖਿਲਾਫ ਜਾਂਦੀ ਸੀ ਇਹਨੂੰ ਚਾਹੀਦਾ ਸੀ ਇਹ ਕਹਿੰਦਾ ਕਿ ਬੀਜਪੀ ਦੀ ਸਰਕਾਰ ਨੇ ਇੱਕ ਤਰੀਕੇ ਨਾਲ ਗਲਤ ਐਫੀਡੇਵਿਟ ਦੇ ਕੇ ਗਲਤ ਰਿਪੋਰਟ ਦੇ ਕੇ ਫੈਸਲਾ ਕਰਾ ਲਿਆ ਸੀ ਸੁਪਰੀਮ ਕੋਰਟ ਨੇ ਖੋਲਿਆ ਬੀਜਪੀ ਨੂੰ ਇਸ ਗੱਲ ਤੇ ਸੱਟ ਲੱਗੀ ਆ ਉਹ ਨਹੀਂ ਇਹਨੇ ਆਖਿਆ ਇਹਨੇ ਆਖਿਆ ਜੀ ਹੁਣ ਤਾਂ ਸੁਪਰੀਮ ਕੋਰਟ ਨੇ ਉਹ ਕਹਤਾ ਚੌਕੀਦਾਰ ਚੋਰ ਤੇ ਬੀਜਪੀ ਦੀ ਐਮਪੀ ਮਨਾਖੀ ਲੇਖੀ ਉਹਨੇ ਜਾ ਕੇ ਕੇਸ ਕਰਤਾ ਕਿ ਦੇਖੋ ਜੀ ਤੁਸੀਂ ਤੇਗਾ ਲੱਖ ਹੀ ਨਹੀਂ ਤੇ ਮਾਨਯੋਗ ਜੱਜ ਸਾਹਿਬ ਤੁਹਾਡੇ ਨਾਂ ਦੇ ਉੱਤੇ ਉਹ ਬੰਦਾ ਬਾਹਰ ਕਹਿੰਦਾ ਕਿ ਸੁਪਰੀਮ ਕੋਰਟ ਨੇ ਕਹਤਾ ਸੁਪਰੀਮ ਕੋਰਟ ਨੇ ਅਖਾ ਜੀ ਅਸੀਂ ਤੇ ਆਖਿਆ ਨਹੀਂ ਤੇ ਜੀ ਆਖਿਆ ਨਹੀਂ ਤੇ ਫਿਰ ਮਤਲਬ ਫਿਰ ਬਾਕੀ ਗੱਲ ਕਰਦੀ ਸੀ ਫਿਰ ਸਿੱਧੇ ਤੌਰ ਦੇ ਉੱਤੇ ਇਹ ਕਹਿ ਦਿੰਦਾ ਜੀ ਕਿ ਮੈਂ ਕਹਿ ਬੈਠਾ ਜੀ ਮੈਂ ਆਈ ਸੌਰੀ ਮੈਂ ਅਫਸੋਸ ਹੈ ਮਾਫੀ ਮੰਗਦਾ ਕਿ ਮੈਂ ਐਵੇਂ ਕਹਿ ਬੈਠਾ ਗਲਤ ਫਹਿਮੀ ਵਿੱਚ ਕਹਿ ਬੈਠਾ ਇਹ ਨਹੀਂ ਕਹਤਾ ਮੈਨੂੰ ਅਫਸੋਸ ਹੈ ਜੀ ਦੂਸਰੇ ਪਾਸੇ ਬੀਜੇਪੀ ਦੇ ਵਕੀਲ ਨੇ ਆਖਿਆ ਜੀ ਫਿਰ ਮਾਫੀ ਮੰਗੇ ਉਨੇ ਇਹਦੇ ਵਕੀਲ ਨੇ ਉੱਠ ਕੇ ਕਹਿਤਾ ਜੀ ਸੁਪਰੀਮ ਕੋਰਟ ਨੇ ਤਾਂ ਸਪਾਈ ਮੰਗੀ ਸੀ ਉਹਨੇ ਦੇ ਦਿੱਤੀ ਕਿ ਮੈਨੂੰ ਅਫਸੋਸ ਹੈ ਨੋਟਿਸ ਜਾਰੀ ਕੀਤਾ ਹੀ ਨਹੀਂ ਸੀ ਐਨੀ ਗੱਲ ਅਦਾਲਤ ਨੂੰ ਮੌਕਾ ਮਿਲ ਗਿਆ ਉਹ ਕਹਿੰਦੇ ਨਹੀਂ ਜਾਰੀ ਕੀਤਾ ਸੀ ਹੁਣ ਦੇ ਦਿੰਦੇ ਆ ਕਹਿੰਦੇ ਨਹੀਂ ਨਹੀਂ ਰਹਿਣ ਦਿਓ ਉਹਨੇ ਚੰਨ ਅਦਾਲਤ ਨੇ ਨੋਟਿਸ ਜਾਰੀ ਕਰਤਾ ਜੀ ਹੁਣ ਉਸ ਨੋਟਿਸ ਦੇ ਉੱਤੇ ਫਸਿਆ ਫਿਰਦਾ ਪਰ ਦੂਜੇ ਪੱਖ ਇਹ ਆ ਕਿ ਜੇ ਉਹ ਲੈਣਾ ਚਾਹੁੰਦੇ ਤੇ ਇਸ ਕੱਲ ਨੂੰ ਲੈ ਸਕਦੇ ਸੀ ਕਿ ਅਸੀਂ ਤਾਂ ਉੱਤੇ ਅਫਸੋਸ ਜਾਰ ਕੀਤਾ ਤੇ ਆਖਿਆ ਕਿ ਸੁਪਰੀਮ ਕੋਰਟ ਨੇ ਇਹ ਗੱਲ ਨਹੀਂ ਆਖੀ ਜਿਹੜਾ ਭਾਜਪਾ ਨੇ ਉੱਥੇ ਜਾ ਕੇ ਆਖਿਆ ਔਰ ਫੈਸਲਾ ਗਲਤ ਰਿਪੋਰਟ ਕਰਕੇ ਸੁਪਰੀਮ ਕੋਰਟ ਤੋਂ ਫੈਸਲਾ ਕਰਾ ਲਿਆ ਜੀ ਸੁਪਰੀਮ ਕੋਰਟ ਨੇ ਉਹ ਆਖਿਆ ਸੀ ਉਹ ਮੁੱਦੇ ਇਸ ਤਰ੍ਹਾਂ ਦੇ ਉਲਝਵੇਂ ਆ ਜਿੰਨਾਂ 'ਚ ਦੋਵੇਂ ਪਾਰਟੀਆਂ ਲੋਕਾਂ ਨੂੰ ਉਲਝਾ ਰਹੀਆਂ ਇੱਥੇ ਤਾਂ ਇਸ ਤਰ੍ਹਾਂ ਦਾ ਹੈ ਕਿ ਨਿੱਕੀ ਜੀ ਗੱਲ ਕਹਿ ਦਿਓ ਤੇ ਬਾਤ ਦਾ ਬਤੰਗੜ ਬਣਦਾ ਰਾਈ ਦਾ ਪਹਾੜ ਬਣਦਾ ਦੋਵੇਂ ਪਾਰਟੀਆਂ ਬਣਾਉਂਦੀਆਂ ਪਈਆਂ ਤੇ ਬਣਾਈ ਜਾਂਦੇ ਹੋ ਉਹ ਜੋ ਕੁਝ ਬਣਾ ਰਿਹਾ ਦੋਵੇਂ ਪਾਰਟੀਆਂ ਵਾਲੇ ਉਹਦੇ ਵਿੱਚ ਇੱਕ ਕਾਨੂੰਨੀ ਚਾਰਾ ਜੋਈ ਦਾ ਨਵਾਂ ਚੈਪਟਰ ਸ਼ੁਰੂ ਹੋ ਗਿਆ ਜੀ ਜਿਦੇ ਵਿੱਚ ਰਾਹੁਲ ਗਾਂਧੀ ਦੇ ਖਿਲਾਫ 2 ਜਾਂ 3 ਮੁਕਦਮੇ ਸ਼ਾਇਦ ਅੱਗੇ ਸੀ ਇੱਕ ਤਾਂ ਉਹ ਆਰਐਸਐਸ ਵਾਲਾ ਜਿਹੜਾ ਇਹਨੇ ਜ਼ੋਰ ਲਾਇਆ ਕਿ ਕਿਸੇ ਤਰੀਕੇ ਮੁਕਦਮਾ ਖਾਰਜ ਹੋ ਜੇ ਤੇ ਹੋਇਆ ਨਹੀਂ ਹਾਂਜੀ ਆਰਐਸਐਸ ਵਾਲੇ ਕਹਿੰਦੇ ਆ ਜੀ ਤੂੰ ਆਖਿਆ ਮਹਾਤਮਾ ਗਾਂਧੀ ਦੇ ਕਤਲ 'ਚ ਜਿਹੜੇ ਬੰਦੇ ਨੇ ਕਤਲ ਕੀਤਾ ਉਹ ਆਰਐਸਐਸ ਦਾ ਬੰਦਾ ਸੀ ਤੂੰ ਸਾਬਤ ਕਰ ਉਹ ਬੰਦਾ ਪਹਿਲਾਂ ਕਦੇ ਆਰਐਸਐਸ ਨਾਲ ਜੁੜਿਆ ਰਿਹਾ ਸੀ ਪਰ ਜਦੋਂ ਨੇ ਕਤਲ ਕੀਤਾ ਉਦੋਂ ਨਹੀਂ ਸੀ ਉਸ ਗੱਲ 'ਚ ਉਹ ਫਸਦਾ ਪਿਆ ਉਹ ਵੀ ਕੇਸ ਬੜਾ ਉਲਝਣ ਰਾਹ ਤੇ ਪਤਾ ਨਹੀਂ ਕਿੱਥੋਂ ਤੱਕ ਜਾਵੇ ਦੂਸਰਾ ਸਾਰੇ ਦੇ ਸਾਰੇ ਮੋਦੀ ਜਦੋਂ ਇਹਨੇ ਕਹਿਤਾ ਉਹਦੇ ਵਿੱਚ ਬਿਹਾਰ ਚ ਕੇਸ ਬਣਾ ਲਿਆ ਤੀਜਾ ਇੱਥੇ ਆ ਅਜੇ ਮਈ ਚੜਿਆ ਨਹੀਂ ਆ ਮਈ ਚੜਦਾ ਪਿਆ ਜੀ ਅਗਲੇ 19 ਦਿਨ ਹੋਰ ਆ ਅਖੀਰਲਾ ਗੇਟ ਲੰਘਣ ਤੱਕ ਜੀ 19 ਦਿਨ ਦਾ ਮਤਲਬ ਇਹ ਕਿ 17 ਮਈ ਤੱਕ ਚੋਣ ਪ੍ਰਚਾਰ ਦਾ ਮੌਕਾ ਤੇ ਇਹਨੇ ਅਜੇ ਪਤਾ ਨਹੀਂ ਕਿੰਨੇ ਜਲਸਿਆਂ ਚ ਹੋਰ ਬੋਲਣਾ ਲੋਕੀ ਤੇ ਮੜ ਮੜ ਕੇ ਸਵਾਲ ਇਹ ਪੁੱਛਦੇ ਆ ਇਹਦੇ ਜੀਜੇ ਦਾ ਹੀ ਰਾਬਟ ਵਾਡਰ ਦੇ ਉਹੀ ਮੁੱਦੇ ਨਹੀਂ ਮੁੱਕਦੇ ਤੇ ਇਹ ਇਦਾਂ ਦੀ ਇੱਕ ਅੱਧੀ ਹੋਰ ਉਲਝਣ ਵਾਲੀ ਗੱਲ ਕਰਕੇ ਤੇ ਨਵਾਂ ਪੌੜਾ ਪਾ ਪੈਂਦਾ ਇਹਨੂੰ ਅਗਲਿਆਂ ਦਿਨਾਂ 'ਚ ਥੋੜਾ ਜਿਆਦਾ ਸੰਭਲ ਕੇ ਚੱਲਣਾ ਪਊ। ਜੀ। ਪਰ ਉਹ ਸਾਬ ਹਰਸਿਮਰਤ ਬਾਦਲ ਨੇ ਕੱਲ ਬਠਿੰਡਾ ਦੇ ਵਿੱਚ ਰੈਲੀ ਕੀਤੀ ਤੇ ਰੈਲੀ ਦੇ ਵਿੱਚ ਪੜਥੂ ਜੱਪ ਪੈ ਗਿਆ। ਉਸ ਤੋਂ ਇੱਕ ਦਿਨ ਬਾਅਦ ਹੀ ਪ੍ਰਕਾਸ਼ ਸਿੰਘ ਬਾਦਲ ਨੇ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਨਾਮਜ਼ਦ ਕੀ ਪੱਤਰ ਦਾਖਲ ਕੀਤੇ ਨੇ। ਇਸ ਪਿੱਛੇ ਕੀ ਹੋ ਸਕਦਾ ਹੈ? ਪਹਿਲੀ ਗੱਲ ਤਾਂ ਮੈਂ ਦੱਸ ਦਿਆਂ। ਜੀ। ਕਿ ਹਰਸਿਮਰਤ ਕੌਰ ਬਾਦਲ ਦੀ ਰੈਲੀ ਵਿੱਚ ਪੜਥੂ ਪਿਆ ਕਾਲੀਆਂ ਝੰਡੀਆਂ ਪਰ ਬਾਦਲ ਸਾਹਿਬ ਨੇ ਜਿਹੜੇ ਕਾਗਜ਼ ਦਾਖਲ ਕਰਾਉਣੇ ਸੀ। ਇਹਦਾ ਫੈਸਲਾ ਕਾਲੀਆਂ ਝੰਡੀਆਂ ਵੇਖ ਕੇ ਨਹੀਂ ਕੀਤਾ ਗਿਆ। ਇਹ ਤਿੰਨ ਦਿਨ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਅਕਾਲੀ ਪਾਰਟੀ 'ਚ ਇਹ ਗੱਲ ਚੱਲਦੀ ਪਈ ਹੈ ਜੀ ਕਿ ਬੀਬੀ ਦੇ ਨਾਲ ਕਾਗਜ਼ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਬਾਪੂ ਬਾਦਲ ਦੇ ਢਾਕਲ ਕਰਾਏ ਜਾਣ ਇਹ ਚੋਂ ਫਰਕ ਵੇਖੋ 2014 'ਚ ਜਦੋਂ ਬੀਬੀ ਨੇ ਕਾਗਜ਼ ਢਾਕਲ ਕਰਾਉਣੇ ਸੀ ਜੀ ਫੈਸਲਾ ਹੋਇਆ ਸੀ ਕਿ ਉਹਦੇ ਨਾਲ ਕਵਰਿੰਗ ਉਮੀਦਵਾਰ ਬਲਵਿੰਦਰ ਸਿੰਘ ਪੁੰਦੜ ਹੋਵੇਗਾ ਤੇ ਐਨ ਚੋਣਾਂ ਦੇ ਵਿੱਚ ਕਾਗਜ਼ ਢਾਕਲ ਕਰਾਉਣ ਲੱਗੇ ਜਦੋਂ ਰਟਨਿੰਗ ਅਫਸਰ ਦੇ ਕਵਰੇਜ ਗਏ ਤੇ ਬਿਕਰਮ ਸਿੰਘ ਮਜੀਠੀਆ ਚਲਾ ਗਿਆ ਨਾਲ ਜਦੋਂ ਬੀਬੀ ਦੇ ਕਾਗਜ਼ ਢਾਕਲ ਹੋ ਗਏ ਤੇ ਕਵਰਿੰਗ ਦੇ ਕਰਾਉਣੇ ਸੀ ਤੇ ਬੀਬੀ ਨੇ ਚੁੱਕ ਕੇ ਆਪਣੇ ਭਰਾ ਦੀ ਫਾਈਲ ਅੱਗੇ ਕਰ ਦਿੱਤੀ ਟਰਨਿੰਗ ਅਫਸਰ ਦੇ ਤੇ ਬਾਦਲ ਸਾਹਿਬ ਵਿੰਦੇ ਰਹਿ ਗਏ ਬਲਵਿੰਦਰ ਸਿੰਘ ਭੁੰਦਰ ਦੇ ਕਾਗਜ਼ ਬਣੇ ਬਣਾਈ ਰਹਿ ਗਏ ਬਿਕਰਮ ਸਿੰਘ ਮਜੀਠੀਆ ਕਵਰਿੰਗ ਕੈਂਡੀਡੇਟ ਬਣ ਗਿਆ ਉਦੋਂ ਵੀ ਰੌਲਾ ਪਿਆ ਸੀ ਕਿ ਪਰਿਵਾਰ ਚ ਪਤਾ ਨਹੀਂ ਕੀ ਹੁਣ 5 ਸਾਲ ਬਾਅਦ ਨਵੀਂ ਗੱਲ ਹੋਈ ਹੈ ਬਲਵਿੰਦਰ ਸਿੰਘ ਭੁੰਦਰ ਦੇ ਕਾਗਜ਼ ਦੇ ਪਿੱਛੇ ਕਿੱਤੇ ਜਾ ਸਕਦੇ ਆ ਬਾਪੂ ਬਾਦਲ ਦੱਸੋ ਪਿੱਛੇ ਕਿੱਤੇ ਜਾ ਸਕਦੇ ਆ ਔਰ ਇਹ ਵੀ ਮੈਂ ਦੱਸ ਦਿਆਂ ਕਿ ਲੋਕੀ ਸਮਝਦੇ ਆ ਕਿ ਕਵਰਿੰਗ ਕੈਂਡੀਡੇਟ ਸ਼ਾਇਦ ਕੋਈ ਬੌਣਾ ਹੁੰਦਾ ਊਣਾ ਹੁੰਦਾ ਇਹ ਨਹੀਂ ਗੱਲ ਜਦੋਂ ਉੱਥੇ ਕਾਗਜ਼ ਦਾਖਲ ਹੁੰਦੇ ਆ ਨਾਮੀਨੇਸ਼ਨ ਪੇਪਰ ਜਿਹਨੂੰ ਅਸੀਂ ਪੰਜਾਬੀ ਵਿੱਚ ਨਾਮਜ਼ਦਗੀ ਕਾਗਜ਼ ਕਹਿੰਦੇ ਆ ਜੀ ਉਹ ਕੈਂਡੀਡੇਟ ਦਾ ਵੀ ਉਹ ਸੈੱਟ ਹੁੰਦਾ ਤੇ ਕਵਰਿੰਗ ਕੈਂਡੀਡੇਟ ਦਾ ਵੀ ਉਨੇ ਹੀ ਕਾਗਜ਼ ਜਾਂਦਾ ਪੂਰਾ ਸੈੱਟ ਹੁੰਦਾ ਜੀ ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਔਰ ਕਰਾਇਆ ਇਸ ਕਰਕੇ ਜਾਂਦਾ ਕਿ ਜੇ ਅਸਲੀ ਕੈਂਡੀਡੇਟ ਦੇ ਕਿਸੇ ਕਾਰਨ ਕਰਕੇ ਕਾਗਜ਼ਾਂ 'ਚ ਕੋਈ ਨੁਕਸ ਨਿਕਲ ਆਉਂਦਾ ਉਹ ਰੱਦ ਹੋ ਜਾਂਦਾ ਤੇ ਕਵਰੇ ਕੈਂਡੀਡੇਟ ਦੀ ਥਾਂ ਤੇ ਉਹ ਚੋਣ ਲੜੂਗਾ। ਐਸ ਕਰਕੇ ਕਰਾਇਆ ਜਾਂਦੇ। ਹੁਣ ਬੀਬੀ ਹਰਸਿਮਰਤ ਕੌਰ ਬਾਦਲ ਦੇ ਨਾਲ ਜੀ। ਪ੍ਰਕਾਸ਼ ਸਿੰਘ ਬਾਦਲੂਰਾਂ ਦੇ ਬਰਥਡੇ ਬਾਪੂ ਬਾਦਲ ਦੇ ਕਾਗਜ਼ ਦਾਖਲ ਕਰਾਤੇ। ਅਗਲੀ ਗੱਲ ਇਹ ਆ ਕਿ ਜਦੋਂ ਕਾਗਜ਼ ਦਾਖਲ ਹੋ ਜਾਂਦੇ ਆ ਪਹਿਲਾਂ ਤਾਂ ਰਟਨਿੰਗ ਅਫਸਰ ਇੱਕ ਦਿਨ ਉਹਨਾਂ ਦੀ ਇੱਕ ਪਰਤਾਲ ਆਪ ਕਰਦਾ ਤੇ ਫਿਰ ਦੱਸਦਾ ਕਿ 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 ਕਾਗਜ਼ ਰੱਦ। ਜੀ। ਤੇ ਕਿਹੜੇ ਬਾਕੀ ਰਹਿ ਗਏ? ਦੂਜੇ ਦਿਨ ਇਤਰਾਜ਼ਾਂ ਦਾ ਮੌਕਾ ਦਿੰਦਾ ਤੇ ਇਤਰਾਜ਼ ਦੂਰ ਕੀਤੇ ਜਾਂਦੇ ਆ। ਜੀ। ਤੀਜੇ ਦਿਨ ਫਿਰ ਇਹ ਆਖਿਆ ਜਾਂਦਾ ਕਿ ਤੁਹਾਡੇ ਚੋਂ ਜਿੰਨਾ ਜਿੰਨਾ ਨੇ ਕਾਗਜ਼ ਵਾਪਸ ਲੈਣੇ ਆ ਲੈ ਲੋ ਫਰਜ਼ ਕਰੋ ਅਕਾਲੀ ਪਾਰਟੀ ਦੇ ਦੋ ਕਾਗਜ਼ ਵਾਪਸ ਹੈਗੇ ਨੇ ਜਮਾ ਹੋਏ ਜੀ ਇੱਕ ਬੀਬੀ ਹਰਸਿਮਰਤ ਕੌਰ ਬਾਦਲ ਦੇ ਇੱਕ ਕਵਰਿੰਗ ਉਮੀਦਵਾਰ ਦੇ ਤੌਰ ਤੇ ਬਾਪੂ ਬਾਦਲ ਦੇ ਜੀ ਆਮ ਪ੍ਰਭਾਵੇ ਆ ਕਿ ਕਵਰਿੰਗ ਕੈਂਡੀਡੇਟ ਦੇ ਕਾਗਜ਼ ਵਾਪਸ ਲਏ ਜਾਂਦੇ ਆ ਪਰ ਜੇ ਇਹ ਚੋਣ ਅਕਾਲੀ ਦਲ ਬੜੇ ਕਿ ਬੀਬੀ ਹਰਸਿਮਰਤ ਕੌਰ ਕਾਗਜ਼ ਵਾਪਸ ਲੈ ਲਵੇ ਤੇ ਬਾਪੂ ਚੋਣ ਲੜੇਗਾ ਤੇ ਤੇ ਕੋਈ ਮਨਾ ਹੀ ਨਹੀਂ ਜਦੋਂ ਇਹ ਕਾਗਜ਼ ਵਾਪਸ ਹੋ ਜਾਂਦੇ ਆ ਅਕਾਲੀ ਪਾਰਟੀ ਵੱਲੋਂ ਇੱਕੋ ਦੇ ਕਾਗਜ਼ ਰਹਿ ਜਾਂਦੇ ਆ ਫਿਰ ਰਿਟਰਨਿੰਗ ਅਫਸਰ ਚੋਣ ਨਿਸ਼ਾਨ ਅਲਾਰਟ ਕਰਦਾ ਉਹਨਾਂ ਚਰਨੀ ਕਰ ਸਕਦਾ ਜੀ ਹੁਣ ਅਕਾਲੀ ਪਾਰਟੀ ਦੇ ਦੋ ਉਮੀਦਵਾਰ ਖੜੇ ਦੋ ਦੇ ਵਜੇ ਤਿੰਨ ਖੜੇ ਕਰਦੇ ਨੇ ਪਾਵੇਂ ਜਦੋਂ ਅਖੀਰ ਵਿੱਚ ਕਾਗਜ਼ਾਂ ਦੀ ਵਾਪਸੀ ਤੋਂ ਬਾਅਦ ਇੱਕ ਰਹਿ ਗਏ ਰਿਟਰਨਿੰਗ ਅਫਸਰ ਨੇ ਚੋਣ ਨਿਸ਼ਾਨ ਕਾਲੀ ਦਲ ਦਾ ਉਹਨੂੰ ਅਲਾਰਟ ਕਰਨਾ ਉਹਨਾਂ ਚਰਨੀ ਕਰਨਾ ਇਹ ਗੱਲ ਪਿਛਲੇ ਦਿਨਾਂ ਚ ਚੱਲਦੀ ਪਈ ਆ ਕਾਲੀ ਦਲ ਚ ਕਿ ਜੇ ਬਹੁਤੀ ਮਾੜੀ ਪੋਜੀਸ਼ਨ ਹੋਵੇ ਤੇ ਬੀਬੀ ਨੂੰ ਪਿੱਛੇ ਕਰਕੇ ਬਾਪੂ ਬਾਦਲ ਨੂੰ ਚੋਣ ਲੜਾ ਲਈ ਜਾਵੇ ਜੀ ਫੈਸਲਾ ਇਹ ਪਹਿਲਾਂ ਹੋ ਗਿਆ ਸੀ ਉਹਦੇ ਤੋਂ ਬਾਅਦ ਬੀਬੀ ਦੋ ਪਿੰਡਾਂ 'ਚ ਗਈ ਤੇ ਉਹਨਾਂ ਦੋਹਾਂ ਪਿੰਡਾਂ 'ਚ ਬੀਬੀ ਦੇ ਖਿਲਾਫ ਕਾਲੀਆਂ ਝੰਡੀਆਂ ਵਾਲੇ ਵੀ ਨਿਕਲੇ ਤੇ ਉਹਦੀ ਮੀਟਿੰਗ ਵਿੱਚ ਰੌਲਾ ਪੈ ਗਿਆ ਇੱਕ ਬੰਦਾ ਅਕਾਲੀਆਂ ਨੇ ਫੜ ਕੇ ਕੁੱਟ ਵੀ ਦਿੱਤਾ ਜੀ ਉਹ ਸਭ ਕੁਝ ਉਹ ਤੋਂ ਬਾਅਦ ਦੀਆਂ ਗੱਲਾਂ ਨੇ ਬੀਬੀ ਨੇ ਇਹ ਵੀ ਆਖਿਆ ਜੀ ਪੈਸੇ ਦੇ ਕੇ ਇਹਨਾਂ ਤੋਂ ਕਰਵਾਇਆ ਜਾ ਰਿਹਾ ਪਰ ਜੇ ਪੈਸੇ ਦੇ ਕੇ ਪਿੰਡ-ਪਿੰਡ ਇਹੋ ਕੁਝ ਹੋਣ ਲੱਗ ਪਿਆ ਤੇ ਬਾਪੂ ਬਾਦਲ ਦਾ ਕੀ ਬਣੇਗਾ ਜੀ ਫਿਰ ਬਾਪੂ ਬਾਦਲ ਨੂੰ ਇਹ ਚੋਣ ਲੜਵਾਈ ਵੀ ਜਾ ਸਕਦੀ ਹੈ ਪਾਰਟੀ ਨੇ ਅਜੇ ਫਾਈਨਲ ਫੈਸਲਾ ਨਹੀਂ ਕੀਤਾ ਕਿ ਬੀਬੀ ਚੋਣ ਲੜੇਗੀ ਜਾਂ ਬੀਬੀ ਜੀ ਦੇ ਸਹੁਰਾ ਸਾਹਿਬ ਚੋਣ ਲੜਨਗੇ ਕਵਰਿੰਗ ਕੈਂਡੀਡੇਟ ਦੇ ਤੌਰ ਤੇ ਕਾਗਜ਼ੀ ਇਸ ਕਰਕੇ ਦਾਖਲ ਕਰਾਏ ਆ ਤਾਂ ਕਿ ਦੋਵਾਂ ਚੋਂ ਵੇਲੇ ਤੇ ਫੈਸਲਾ ਕਰ ਲਾਂਗੇ ਜੀ ਪਰ ਉਹ ਸਾਹਿਬ ਆਮ ਆਦਮੀ ਪਾਰਟੀ ਨੇ ਸ਼੍ਰੀ ਫਤਿਹਗੜ੍ਹ ਸਾਹਿਬ ਤੋਂ ਸ਼ਮਸ਼ੀਰ ਸਿੰਘ ਦੁੱਲੂ ਦੇ ਪੁੱਤਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਦਿੱਤੇ ਨੇ ਯਾਨੀ ਕਿ ਹਰਬੰਸ कौर ਦੁੱਲੋ ਦੀ ਟਿਕਟ ਕੱਢ ਦਿੱਤੀ ਗਈ ਤੇ ਉਹਨਾਂ ਦੇ ਪੁੱਤਰ ਨੂੰ ਨਾਮਜ਼ਦਗੀ ਪੱਤਰ ਪਰਵਾ ਦਿੱਤੇ ਗਏ ਨੇ ਤੁਸੀਂ ਇਸ ਬਾਰੇ ਕੀ ਕਹੋਗੇ ਸ਼ਮਸ਼ੇਰ ਸਿੰਘ ਦੁੱਲੋ ਬਹੁਤ ਪੁਰਾਣੇ ਕਾਂਗਰਸੀ ਖਲਾਟੀਆਂ ਚੋਂ ਹੈ ਜੀ ਕਦੇ ਉਹ ਮੰਤਰੀ ਕਦੀ ਉਹਦੀ ਪਤਨੀ ਮੰਤਰੀ ਕਦੇ ਉਹ ਪਾਰਲੀਮੈਂਟ ਮੈਂਬਰ ਜੀ ਕਦੇ ਟਿਕਟ ਤੋਂ ਪਤੀ ਪਤਨੀ ਦੋਵੇਂ ਆਮੋ ਸਾਹਮਣੇ ਖਲੋਗੇ ਇਹ ਸਭ ਕੁਝ ਚੱਲਦਾ ਰਿਹਾ ਪਿਛਲੀ ਵਾਰੀ ਕਾਂਗਰਸ ਪਾਰਟੀ ਨੇ ਆਖਿਆ ਸੀ ਕਿ ਰਾਜ ਸਭਾ ਦੇ ਵਿੱਚ ਹੰਸਰਾ ਜੰਸ ਨੂੰ ਭੇਜਣਾ ਜਦੋਂ ਸਾਰਾ ਕੁਝ ਤੈ ਹੋ ਗਿਆ ਤੇ ਜਿੱਦਣ ਟਿਕਟ ਦੇਣੀ ਸੀ ਜਾ ਕੇ ਕਾਗਜ਼ ਭਰਨੇ ਸੀ ਸ਼ਮਸ਼ੇਰ ਸਿੰਘ ਦੁੱਲੋ ਨੇ ਅੜਿੱਕਾ ਪਾ ਦਿੱਤਾ ਤੇ ਹੰਸਰਾਜ ਅਸ ਨੂੰ ਪਾਰਟੀ ਛੱਡ ਕੇ ਭੱਜਣਾ ਪੈ ਗਿਆ ਜੀ ਦੁੱਲੋ ਸਾਹਿਬ ਰਾਜ ਸਭਾ ਚਲੇ ਗਏ ਹੁਣ ਉਹ ਚਾਹੁੰਦੇ ਸਨ ਕਿ ਮੇਰੇ ਪਰਿਵਾਰ ਦੇ ਕਿਸੇ ਜੀ ਨੂੰ ਲੋਕ ਸਭਾ ਦੀ ਟਿਕਟ ਮਿਲੇ ਤਿੰਨੇ ਹੀ ਮਿਲ ਸਕੇ ਡਾਕਟਰ ਅਮਰ ਸਿੰਘ ਨੂੰ ਮਿਲ ਗਈ ਇਹ ਫਤੇਗੜ ਸਾਹਿਬ ਦੀ ਸੀ ਜੀ ਦੁੱਲੋ ਸਾਹਿਬ ਆਪ ਪਾਰਟੀ ਦੇ ਇਸ ਫੈਸਲੇ ਤੇ ਖੁਸ਼ ਨਹੀਂ ਉਹਨਾਂ ਨੇ ਕੁਸ਼ਤੀ ਕਰ ਟਿੱਪਣੀਆਂ ਕੀਤੀਆਂ ਸਨ ਜੀ ਪਰ ਉਹਨਾਂ ਦੀ ਪਤਨੀ ਇੱਕਦਮ ਛੱਡ ਕੇ ਪਾਰਟੀ ਨੂੰ ਆਮ ਆਦਮੀ ਪਾਰਟੀ ਚਲੀ ਗਈ ਦੋ ਤਿੰਨ ਦਿਨ ਵੇਖਿਆ ਆਮ ਆਦਮੀ ਪਾਰਟੀ ਨੇ ਕਹਿਤਾ ਕਿ ਟਿਕਟ ਅਸੀਂ ਦਿਆਂਗੇ ਬੀਬੀ ਨੂੰ ਫਤੇਗੜ ਸਾਹਿਬ ਤੋਂ ਜੀ ਫਿਰ ਬੀਬੀ ਦੇ ਵਜਾਇੇ ਉਹਨਾਂ ਦਾ ਪੁੱਤਰ ਬਨੀ ਆਮ ਆਦਮੀ ਪਾਰਟੀ ਚ ਆ ਗਿਆ ਦੁੱਲਤ ਸਾਹਿਬ ਕਾਂਗਰਸ ਪਾਰਟੀ ਦੇ ਐਮਪੀ ਰਾਜ ਸਭਾ ਚ ਪਤਨੀ ਤੇ ਪੁੱਤਰ ਆਮ ਆਦਮੀ ਪਾਰਟੀ ਚ ਜੀ ਕਈ ਲੋਕੇ ਤੇ ਹੈਰਾਨ ਹੋਣਗੇ ਪਰ ਹਰਿਆਣੀ ਕਹਦੀ ਹੈ ਅੱਜ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ ਅਕਾਲੀ ਪਾਰਟੀ ਦਾ ਪਾਰਲੀਮੈਂਟ ਮੈਂਬਰ ਸ਼ੇਰ ਸਿੰਘ ਖਬਾਇਆ ਸੀ ਜੀ ਤੇ ਉਹਦਾ ਪੁੱਤਰ ਦਵਿੰਦਰ ਸਿੰਘ ਕਬਾਇਆ ਫਾਜ਼ਿਲਕਾ ਤੋਂ ਚੋਣ ਲੜਦਾ ਪਿਆ ਸੀਗਾ ਵਿਧਾਨ ਸਭਾ ਦੀ ਚੋਣ ਲੜਿਆ ਤੇ ਕਾਂਗਰਸ ਪਾਰਟੀ ਵੱਲੋਂ ਲੜਿਆ ਜੀ ਪਿਓ ਅਕਾਲੀ ਦਲ ਦਾ ਪਾਰਲੀਮੈਂਟ ਮੈਂਬਰ ਤੇ ਪੁੱਤ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਦੀ ਚੋਣ ਲੜ ਰਿਹਾ ਉਹਨਾਂ ਦੋਵਾਂ ਦੇ ਜਿਸ ਤਰ੍ਹਾਂ ਉਹ ਸਿੱਧੇ ਤੌਰ ਤੇ ਮੈਦਾਨ 'ਚ ਨਹੀਂ ਸੀ ਆਇਆ ਅਕਾਲੀ ਪਾਰਟੀ ਨੇ ਉਹਨੂੰ ਆਪਣੇ ਜਲਸਿਆਂ 'ਚ ਲਿਜਾਣਾ ਸੀ ਜਿਹਦੇ ਜਿਹਦਾ ਪੁੱਤਰ ਦੂਸਰੇ ਪਾਸੇ ਆ ਜੀ ਇਹਨਾਂ ਦੇ ਆਖਿਆ ਨਾ ਉਹ ਵੀ ਖੁੱਲ ਕੇ ਨਾ ਆਇਆ ਪਰ ਉਹਦਾ ਹਲਕੇ 'ਚ ਜਿਹੜੇ ਮਾਰਦਾ ਰਿਹਾ ਪੁੱਤਰ ਨੂੰ ਜਿਤਾਉਣ ਵਾਸਤੇ ਤੇ ਉਹਦੇ ਤੋਂ ਬਾਅਦ ਵੀ 2 ਸਾਲ ਤੱਕ ਪਾਰਲੀਮੈਂਟ ਦੇ ਵਿੱਚ ਅਕਾਲੀ ਗਰੁੱਪ 'ਚ ਬੈਠਦਾ ਰਿਹਾ। ਨਾ ਅਕਾਲੀ ਉਹਨੂੰ ਠਾ ਸਕੇ। ਨਾ ਉਹ ਕਾਲੀ ਪਾਰਟੀ ਨੂੰ ਛੱਡ ਕੇ ਗਿਆ ਜੇ ਛੱਡ ਕੇ ਜਾਂਦਾ ਪਾਰਲੀਮੈਂਟ ਮੈਂਬਰੀ ਕਾਰਜ ਹੁੰਦੀ ਸੀ। ਜੀ। ਉਹ ਵੀ ਉੱਥੇ ਟਿਕਿਆ ਰਿਹਾ। ਹੁਣ ਜਿਹੜੀਆਂ ਤਾਜ਼ਾ ਸਥਿਤੀਆਂ ਉਹਨਾਂ 'ਚ ਉਹ ਵੀ ਕਾਲੀ ਪਾਰਟੀ ਨੂੰ ਛੱਡ ਕੇ ਕਾਂਗਰਸ ਵੱਲ ਖਲੋ ਗਿਆ ਤੇ ਉਹਦਾ ਮੁਕਾਬਲਾ ਸੁਖਬੀਰ ਸਿੰਘ ਬਾਦਲ ਦਾ ਹੁਣ ਅਕਾਲੀ ਦਲ ਦੇ ਪ੍ਰਧਾਨ ਨਾਲ। ਇਹ ਦੋ ਅਗੇ ਸ਼ਮਸ਼ੇਰ ਸਿੰਘ ਦੂਲੋ ਕਾਂਗਰਸ ਦਾ ਲੀਡਰ ਜੀ ਇਧਰ ਸ਼ੇਰ ਸਿੰਘ ਕਬਾਇਆ ਪਹਿਲਾਂ ਕਾਲੀ ਐਮਪੀਸੀ ਦੇ ਪੁੱਤਰ ਕਾਂਗਰਸ ਤੋਂ ਚੋਣ ਲੜਦਾ ਸੀ ਜੀ ਸੁਖਦੇਵ ਸਿੰਘ ਢੀਂਡਸਾ ਨਰਾਜ ਹੋ ਕੇ ਘਰ ਬੈਠੇ ਆ ਪੁੱਤਰ ਚੋਣ ਲੜਦਾ ਪਿਆ ਹਿਮਾਚਲ ਪ੍ਰਦੇਸ਼ ਦੇ ਵਿੱਚ ਕਾਂਗਰਸੀ ਲੀਡਰ ਹੁੰਦਾ ਸੀ ਸੁਖਰਾਮ ਉਹਦਾ ਪੁੱਤਰ ਅਨਿਲ ਸ਼ਰਮਾ ਅੱਜ ਕੱਲ ਭਾਜਪਾ ਦਾ ਹਿਮਾਚਲ ਪ੍ਰਦੇਸ਼ ਚ ਮੰਤਰੀ ਹੈ ਤੇ ਅਨਿਲ ਸ਼ਰਮਾ ਦਾ ਪੁੱਤਰ ਅੱਗੋਂ ਫਿਰ ਕਾਂਗਰਸ ਪਾਰਟੀ ਦੀ ਟਿਕਟ ਦੇ ਉੱਤੇ ਚੋਣ ਲੜਦਾ ਪਿਆ ਪਿਓ ਭਾਜਪਾ ਦਾ ਮੰਤਰੀ ਹੈ ਜੀ ਪੁੱਤ ਕਾਂਗਰਸ ਤੋਂ ਚੋਣ ਲੜਦਾ ਪਿਆ ਇਦਾਂ ਦੇ ਕੁਝ ਪਰਿਵਾਰ ਆ ਕਿਸੇ ਪਾਸੇ ਵੀ ਉਹ ਜਾ ਸਕਦੇ ਇੱਧਰ ਕੀ ਉੱਧਰ ਕੀ ਸ਼ਮਸ਼ੇਰ ਸਿੰਘ ਦੁਲੋਰੀ ਇੱਕ ਗੱਲ ਮੈਂ ਦੱਸ ਦਿਆਂ ਕਿ ਸ਼ਮਸ਼ੇਰ ਸਿੰਘ ਦੁਲੋ ਦਾ ਆਪਣੇ ਇਲਾਕੇ 'ਚ ਪ੍ਰਭਾਵ ਤਗੜਾ ਜੀ ਉਹ ਭਾਵੇਂ ਸਾਹਮਣੇ ਆਵੇ ਤੇ ਭਾਵੇਂ ਨਾ ਆਵੇ ਜੇ ਪਾਸੇ ਰਿਕੇ ਵੀ ਜੋਰ ਲਾਉਣ ਲੱਗ ਪਿਆ ਤੇ ਕਾਂਗਰਸ ਪਾਰਟੀ ਵਾਸਤੇ ਉਸ ਹਲਕੇ 'ਚ ਮੁਸ਼ਕਲਾਂ ਤਗੜੀਆਂ ਖੜੀਆਂ ਕਰ ਸਕਦਾ ਆਮ ਆਦਮੀ ਦੀ ਪਾਰਟੀ ਦੀ ਇੱਕ ਸੀਟ ਜਿਹੜੀ ਆ ਉਹਨੂੰ ਥੋੜੀ ਮਜ਼ਬੂਤ ਕਰ ਸਕਦਾ ਮੈਨੂੰ ਕਹਿੰਦਾ ਜਿੱਤੇ ਕਿ ਨਾ ਜਿੱਤੇ ਉਹ ਬਾਧੀਆਂ ਗੱਲਾਂ ਲੋਕਾਂ ਤੇ ਆ ਪਰ ਸੀਟ ਮਜ਼ਬੂਤ ਕਰ ਸਕਦਾ ਜੀ ਪਰ ਉਹ ਸਭ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਦੋ ਮੁੰਡਿਆਂ ਨੇ ਟਿਕਟੌਕ ਤੇ ਵੀਡੀਓ ਬਣਾਈਆਂ ਜਿਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਦੋਂ ਸ਼੍ਰੋਮਣੀ ਕਮੇਟੀ ਨੇ ਫੈਸਲਾ ਕਰਤਾ ਕਿ ਇੱਥੇ ਵੀਡੀਓਗ੍ਰਾਫੀ ਨਹੀਂ ਹੋਵੇਗੀ ਇੱਥੇ ਇਸ ਤਰ੍ਹਾਂ ਦੀ ਡਰਾਮੇਬਾਜੀ ਨਹੀਂ ਹੋਵੇਗੀ ਇੱਥੇ ਫੋਟੋ ਨਹੀਂ ਕੀਤੇ ਜਾਣਗੇ ਉਤੋਂ ਬਾਅਦ ਵੀ ਦੋ ਤਿੰਨ ਘਟਨਾਵਾਂ ਇੱਥੇ ਵਾਪਰ ਗਈਆਂ ਹਾਂਜੀ ਇੱਕ ਦਿਨ ਤੇ ਦੋ ਤਿੰਨ ਕੁੜੀਆਂ ਨੇ ਜਾ ਕੇ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਅੱਗੇ ਬੜਾ ਵੇ ਟੰਗੇ ਜਿਹੇ ਤਰੀਕੇ ਨਾਲ ਵੀਡੀਓ ਬਣਾ ਲਈ ਬਾਅਦ ਚ ਮਾਫੀ ਮੰਗ ਲਈ ਜੀ ਉਹ ਜੋ ਕੁਝ ਹੋਇਆ ਸੀ ਉਦੋਂ ਵੀ ਸ਼੍ਰੋਮਣੀ ਕਮੇਟੀ ਦੀ ਬਦਨਾਮੀ ਬਹੁਤ ਹੋਈ ਸੀ ਕਿ ਤੁਸੀਂ ਨਾਲੇ ਫੈਸਲੇ ਕਰਦੇ ਹੋ ਨਾਲੇ ਤੁਸੀਂ ਇਹਨਾਂ ਨੂੰ ਰੋਕਦੇ ਸ਼੍ਰੋਮਣੀ ਕਮੇਟੀ ਆਪਣੇ ਫੈਸਲਿਆਂ ਨੂੰ ਤੋੜਦੀ ਉਦੋਂ ਆ ਜਦੋਂ ਸ਼੍ਰੋਮਣੀ ਕਮੇਟੀ ਦੇ ਲਿਹਾਜ ਵਾਲੇ ਜਾਂ ਇਹਨਾਂ ਦੀ ਮਾਲਕੀ ਵਾਲੇ ਪਰਿਵਾਰਾਂ ਦੇ ਕੁਝ ਲੋਕ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਆ ਜੀ ਉਹ ਮੱਥਾ ਟੇਕ ਕੇ ਜਾਣ ਲੱਗਦੇ ਆ ਤੇ ਜਦੋਂ ਜਾਣ ਲੱਗਣ ਤੇ ਉਦੋਂ ਉਹਨਾਂ ਦੀ ਵੀਡੀਓਗ੍ਰਾਫੀ ਕਰਾਈ ਜਾਂਦੀ ਹੈ 2-3 ਟੀਵੀ ਚੈਨਲ ਖਾਸ ਲਿਆ ਕੇ ਤੇ ਉਹਨਾਂ ਦੀ ਰਿਕਾਰਡਿੰਗ ਕਰਾ ਕੇ ਚੈਨਲਾਂ ਤੇ ਚਲਾਈ ਜਾਂਦੀ ਹੈ ਜਦੋਂ ਉਹਨਾਂ ਨੂੰ ਖੁੱਲ੍ਹ ਦਿੱਤੀ ਜਾਂਦੀ ਹੈ ਦੁਜੇ ਉਤਰ ਪੈਂਦੇ ਮੁਕਸਰ ਦੇ ਵਿੱਚ ਦਰਬਾਰ ਸਾਹਿਬ ਦੇ ਜਾ ਕੇ ਸਰੋਵਰ 'ਚ ਇੱਕ ਬੀਬੀ ਲੱਤਾਂ ਲਮਕਾ ਕੇ ਨਾਲੇ ਪਾਣੀ 'ਚ ਛੱਪ-ਛੱਪ ਕਰਦੀ ਰਹੀ ਪੈਰਾਂ ਨਾਲੇ ਇੱਕ ਪਾਕਿਸਤਾਨੀ ਗੀਤੜਾ ਗਾਉਂਦੀ ਰਹੀ ਉਹਦੀ ਵੀ ਵੀਡੀਓ ਆਈ ਸੀ ਹੁਣ ਟਿਕਟਾਕ ਆ ਗਿਆ ਟਿਕਟਾਕ ਦੇ ਉੱਤੇ ਮ드ਰਾਸ ਹਾਈ ਕੋਰਟ ਨੇ ਜਦੋਂ ਪਾਬੰਦੀ ਲਾ ਦਿੱਤੀ ਜੀ ਉਹ ਪਾਬੰਦੀ ਦੇ ਬਾਅਦ ਟੁੱਟ ਗਈ ਹੈ ਪਰ ਸ਼ਰਮਣੀ ਕਮੇਟੀ ਨੇ ਤਾਂ ਪਾਬੰਦੀ ਲਾਈ ਹੈ ਇਹ ਦੋਵੇਂ ਮੁੰਡਿਆਂ ਨੇ ਉੱਥੇ ਜਾ ਕੇ ਕੁਝ ਕੀਤਾ ਕਿਉਂ? ਜੇ ਕੀਤਾ ਨਾ ਸਮਝੀ ਸੀ। ਜੀ। ਪਰ ਸ਼੍ਰੋਮਣੀ ਕਮੇਟੀ ਵੀ ਉੱਥੇ ਉਹਦੀ ਟਾਸਕ ਫੋਰਸ ਹੈ ਉਹ ਕੀ ਕਰਦੀ ਪਈ ਉਹਨਾਂ ਨੇ ਪਹਿਲਾਂ ਰੋਕਿਆ ਕਿਉਂ ਨਹੀਂ? ਤੇ ਜਦੋਂ ਸਭ ਕੁਝ ਹੋ ਗਿਆ ਫਿਰ ਉਹ ਮੁੰਡੇ ਫੜ ਕੇ ਪੁਲਿਸ ਨੂੰ ਸੌਂਪਿਆ ਗਿਆ। ਜੀ। ਮੈਂ ਨਿੱਜੀ ਤੌਰ ਦੇ ਉੱਤੇ ਜਿੰਨੇ ਨੌਜਵਾਨ ਉਹ ਭਾਵੇਂ ਦਰਬਾਰ ਸਾਹਿਬ ਜਾ ਕੇ ਕਰਨ ਜਾਂ ਬਾਹਰ ਕਰਨ ਉਹਨਾਂ ਨੂੰ ਇਹ ਬੇਨਤੀ ਕਰਨੀ ਚਾਹਾਂਗਾ ਕਿ ਤੁਸੀਂ ਜਿਸ ਤਰ੍ਹਾਂ ਕਰਦੇ ਪਿਆ ਹੋ ਜਵਾਨੀ ਚ ਹੁਲੜਬਾਜੀ ਕਰਨ ਨੂੰ ਜੀ ਕਰਦਾ ਪਰ ਹੱਦਾਂ ਚਰੋ। ਜੀ ਇੱਕ ਤਾਂ ਧਰਮ ਸਥਾਨ ਜਦੋਂ ਇੱਥੇ ਜਾ ਕੇ ਤੁਸੀਂ ਕਰਦੇ ਆਂ ਤੇ ਬਾਕੀ ਲੋਕਾਂ ਦੇ ਮਨ ਦੇ ਵਿੱਚ ਕਈ ਕਿਸਮ ਦੀਆਂ ਉਲਝਣਾਂ ਪੈਦਾ ਹੁੰਦੀਆਂ ਉਹਨਾਂ ਨੂੰ ਠੇਸ ਲੱਗਦੀ ਹੈ ਦੂਜਾ ਬਾਹਰ ਵੀ ਅੱਜ ਥੋੜੇ ਦਿਨ ਪਹਿਲਾਂ ਦੀ ਗੱਲ ਹੈ ਇੱਕ ਰੇਲ ਗੱਡੀ ਦੇ ਉੱਤੇ ਚੜ੍ਹ ਕੇ ਸੈਲਫੀ ਲੈਣ ਦੇ ਚੱਕਰ ਵਿੱਚ ਦੋ ਮੁੰਡੇ ਉੱਪਰ ਤਾਰ ਨੂੰ ਲੱਗ ਗਏ ਜਿਹੜੀ ਤਾਰ 'ਚ ਇੰਨੀ ਬਿਜਲੀ ਹੈ ਕਿ ਐਡੀ ਲੰਮੀ ਗੱਡੀ ਨੂੰ ਗੱਡੀ ਨੂੰ ਨਹੀਂ ਕਿੰਨੀਆਂ-ਕਿੰਨੀਆਂ ਗੱਡੀਆਂ ਨੂੰ ਉਹ ਤਾਰ ਖਿੱਚੀ ਮਰਦੀ ਆ ਇੱਕ ਦੂਜੇ ਕੋਲ ਦੀ ਲੰਗਦੀ ਆ ਉਹਦੀ ਛੱਤ 'ਤੇ ਚੜ੍ਹੇ ਜੋ ਸਿਰ ਲੱਗ ਗਿਆ ਤੇ ਮੁੰਡੇ ਤੇ ਉਹੀ ਦੋ ਥਾਈ ਪਾੜ ਕੇ ਡਿੱਗ ਇਹ ਕੁਛ ਕੀ ਕਰਦੇ ਪਏ ਇਨਾ ਸਾਰੀਆਂ ਗੱਲਾਂ ਤੇ ਜਵਾਨੀ ਦਾ ਜੋਸ਼ ਕੁਝ ਠਲ ਕੇ ਰੱਖਣਾ ਚਾਹੀਦਾ ਨਹੀਂ ਤੇ ਕੱਲ ਨੂੰ ਕਿਸੇ ਵਕਤ ਕੋਈ ਹੋਰ ਨੁਕਸਾਨ ਹੋਵੇਗਾ ਸਮਝਣ ਦੀ ਲੋੜ ਹੈ ਜੀ ਪਰ ਉਹ ਸਭ ਅੱਜ ਦੇ ਖਾਸ ਮੁੱਦਿਆਂ ਉੱਤੇ رائے ਦੇਣ ਲਈ ਖਾਸ ਤੌਰ ਤੇ ਤਤਪਾਰ ਆਦੇ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਮਾਨਪ੍ਰਤ ਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਪ੍ਰਾਈਮ ਸ਼ਾ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ ਧੰਨਵਾਦ